ਹੁਣ ਕੰਮ ਛੱਡੇ ਹੋਇਆ ਕੀਤੀ ਬਦਮਾਸ਼ੀ ਪੁੱਤਰਾ ਜੀ ਬਦਮਾਸ਼ੀ ਗੀਤ ਜਿਹੜਾ ਹੁਣ ਆਇਆ ਸੀਗਾ ਥੋੜੇ ਦਿਨ ਪਹਿਲਾਂ ਉਹਨੂੰ ਦੁਬਾਰਾ ਉਸ ਗੀਤ ਨੂੰ ਗਾਇਆ ਸਾਨੂੰ ਬਿਨਾਂ ਪੁੱਛਣ ਤੋਂ ਸਾਡੀ ਬਿਨਾਂ ਇਜਾਜ਼ਤ ਤੋਂ ਸਾਡੇ ਅਨੇਕਾਂ ਗੀਤ ਲੋਕਾਂ ਨੇ ਗਾਏ ਨੇ ਸਟੇਜਾਂ 'ਤੇ ਗਾਉਂਦੇ ਨੇ ਚਲੋ ਅਸੀਂ ਕਦੀ ਮਨਾ ਨਹੀਂ ਕਰਦੇ ਪਰ ਹੁਣ ਦੋ ਇੱਕ ਮੁੰਡਾ ਆ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਵੀਰ ਇੱਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜਿੱਦਾਂ ਦੀਆਂ ਚੀਜ਼ਾਂ ਗਾਉਣੀਆਂ ਨੇ ਤਾਂ ਫਿਰ ਥੋੜ੍ਹਾ ਮੇਰਾ ਹਿੱਕ ਜ਼ੋਰ ਵੀ ਚਾਹੀਦਾ ਬੰਦੇ 'ਤੇ ਕਾਪੀ ਕੈਟ ਨਹੀਂ ਜ਼ਿਆਦਾ ਬਣੀਦਾ ਮੇਰਾ ਭਰਾ ਹੈ ਨਾ ਅਤੇ ਜੇ ਉਂਝ ਗੀਤ ਚਾਹੀਦੇ ਨੇ ਮੇਰਾ ਭਰਾ ਤਾਂ ਸਾਨੂੰ ਦੱਸ ਦਿਓ ਸਾਡੇ ਕੋਲ ਬਹੁਤ ਮੈਟਰ ਆ ਅਤੇ ਇੱਦਾਂ ਦੇ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਆ ਜਿਹੜੇ ਕੁੱਤੇ ਕੁੱਤੇ ਕਈ ਭੌਂਕਦੇ ਆ ਅਤੇ ਕਦੀ ਪ੍ਰਵਾਹ ਨਹੀਂ ਕੀਤੀ ਅਤੇ ਮੌਕਾ ਸਾਹਮਣੇ ਸੂਰਮੇ ਅਤੇ ਛੱਤਰ ਖਾਨ ਦਲੇਰ ਮੁੜ ਕੇ ਮਾਫੀਆਂ ਮੰਗ ਮੰਗ ਹੱਥ ਛੁੱਟਦੇ ਨੇ ਜਾਂ ਆਪਣੇ ਮਾਂ ਪਿਓ ਨੂੰ ਅੱਗੇ ਭੇਜਦੇ ਆ ਜਦੋਂ ਫਿਰ ਵਿਖਾਈਏ ਜਲਵੇ ਅਤੇ ਮੇਰਾ ਭਰਾ ਫੇਸਬੁੱਕ 'ਤੇ ਯੂਟਿਊਬ 'ਤੇ ਹਰ ਜਗ੍ਹਾ 'ਤੇ ਕੋਈ ਨਾ ਕੋਈ ਗੱਲਾਂ ਕਰ ਲੈਂਦਾ ਪਰ ਗੱਲ ਉਦੋਂ ਬਣਦੀ ਜਦੋਂ ਸਾਹਮਣੇ ਹੋਈ ਹੈ ਹੈ ਨਾ ਕਿ ਮੂੰਹ 'ਚ ਜ਼ਬਾਨ ਰਹੇ ਅਤੇ ਚੰਗੀ ਰਹਿੰਦੀ ਆ ਜੇ ਬਾਹਰ ਨਿਕਲੇ ਫਿਰ ਅਸੀਂ ਗੰਢ ਦੇ ਕੇ ਸਾਨੂੰ ਬੰਨਣੀ ਵੀ ਆਉਂਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੁਝ ਗੱਲਾਂ ਕਰਨੀਆਂ ਸੀ ਤੁਹਾਡੇ ਨਾਲ ਮੈਂ ਤਾਂ ਅੱਜ ਸਾਡੇ ਜਨਾਬ ਕੁਲਦੀਪ ਰੰਧਾਵਾ ਜਿਨ੍ਹਾਂ ਨੇ ਪੰਜਾਬੀ ਗਾਇਕੀ ਨੂੰ ਬਹੁਤ ਕੁਝ ਦਿੱਤਾ ਪੰਜਾਬ ਦੇ ਵਿੱਚ ਸਾਡਾ ਪੂਰਾ ਪਰਿਵਾਰ ਅਤੇ ਸਾਡੇ ਅਨੇਕਾਂ ਗੀਤ ਲੋਕਾਂ ਨੇ ਗਾਏ ਨੇ ਅਤੇ ਸਟੇਜਾਂ 'ਤੇ ਗਾਉਂਦੇ ਨੇ ਚਲੋ ਅਸੀਂ ਕਦੀ ਮਨਾ ਨਹੀਂ ਕਰਦੇ ਅਤੇ ਗਾਉਣ ਜਿੱਦਾਂ ਮਰਜ਼ੀ ਪਰ ਹੁਣ ਦੋ ਇੱਕ ਮੁੰਡਾ ਆ ਅਤੇ ਉਹਨੇ ਸਾਡਾ ਬਦਮਾਸ਼ੀ ਗੀਤ ਜਿਹੜਾ ਹੁਣ ਆਇਆ ਸੀਗਾ ਥੋੜ੍ਹੇ ਦਿਨ ਪਹਿਲਾਂ ਉਹਨੂੰ ਦੁਬਾਰਾ ਉਸ ਗੀਤ ਨੂੰ ਗਾਇਆ ਸਾਨੂੰ ਬਿਨਾਂ ਪੁੱਛਣ ਤੋਂ ਸਾਡੀ ਬਿਨਾਂ ਇਜਾਜ਼ਤ ਤੋਂ ਅਤੇ ਉਹ ਗਾਣਾ ਅੱਜ ਤੋਂ 12 ਸਾਲ ਪਹਿਲਾਂ ਸਾਡੇ ਜਨਾਬ ਚਾਚਾ ਜੀ ਇਹਨੂੰ ਗਾ ਚੁੱਕੇ ਨੇ ਇਹ ਕਿਹੜੀ ਸੰਨ 'ਚ ਗਾਇਆ ਭਲਾ ਵਾਂ ਗੀਤ ਤਿੰਨ 12 ਸਾਲ ਹੋ ਗਏ 15 ਸਾਲ ਤਕਰੀਬਨ ਸਟੇਜਾਂ 'ਤੇ ਗਾਉਂਦੇ ਹੋ ਗਏ ਅਤੇ 12 ਸਾਲ ਰਿਕਾਰਡ ਕੀਤੇ ਨੂੰ ਹੋ ਗਏ ਅਤੇ ਇਹ ਵੀਰ ਨੂੰ ਬੇਨਤੀ ਕਰਦੇ ਚਲੋ ਮੈਂ ਤਾਂ ਜਾਣਦਾ ਨਹੀਂ ਮੈਂ ਪਹਿਲੀ ਵਾਰ ਵੇਖਿਆ ਇਹਨੂੰ ਆ ਜਿਹੜਾ ਗਾ ਰਿਹਾ ਇਹਨੂੰ ਬੇਨਤੀ ਕਰਦੇ ਹਾਂ ਪਿਆਰ ਨਾਲ ਵੀ ਉੱਦਾਂ ਸਟੇਜ 'ਤੇ ਸਾਡੇ ਜਿੱਦਾਂ ਮਰਜ਼ੀ ਜਿੱਦਾਂ ਰਮੀ ਨੇ ਦੱਸਿਆ ਜਿੱਦਾਂ ਮਰਜ਼ੀ ਸਾਡੇ ਸਟੇਜ 'ਤੇ ਲਾਈਵ ਗਾਇਆ ਕਰੋ ਸਟੇਜਾਂ ਦੇ ਉੱਤੇ ਬਹੁਤ ਦੁਨੀਆ ਗਾਉਂਦੀ ਆ ਨਾਮੀ ਕਈ ਗਾਇਕ ਵੀ ਗਾ ਰਹੇ ਸਾਡੇ ਗੀਤਾਂ ਨੂੰ ਸਾਡੇ ਲੋਕ ਦੱਥਾਂ ਨੂੰ ਅਤੇ ਬੇਨਤੀ ਆ ਵੀ ਇਹਨੂੰ ਜਿੱਥੇ ਵੀ ਤੁਸੀਂ ਕਿਸੇ ਵੀ ਚੈਨਲ ਜਾਂ ਕਿਤੇ ਵੀ ਪਾਇਆ ਯੂਟਿਊਬ 'ਤੇ ਇਹਨੂੰ ਲਾ ਦਿਓ ਨਹੀਂ ਤਾਂ ਫਿਰ ਸਾਨੂੰ ਕੋਈ ਕਾਨੂੰਨੀ ਕਾਰਵਾਈ ਕਰਨੀ ਪਏਗੀ ਅਤੇ ਗੀਤ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਗੀਤ ਬਹੁਤ ਜ਼ਿਆਦਾ ਹੈ ਅਤੇ ਅਸੀਂ ਮਤਲਬ ਕਿ ਕਦੀ ਨਹੀਂ ਕਿਸੇ ਨੂੰ ਮਨਾ ਕਰਦੇ ਚਲੋ ਕੁਝ ਕਲਾਕਾਰ ਆਪਣੇ ਭਰਾ ਵੀ ਨੇ ਹੈ ਨਾ ਅਤੇ ਬਾਕੀ ਜਿਉਂਦੇ ਵੱਸਦੇ ਰਹੋ ਅਤੇ ਇੱਕ ਹੋਰ ਜ਼ਰੂਰੀ ਬੇਨਤੀ ਆਪਾਂ ਪੂਰਾ 101 ਗਾਣਾ ਬਹੁਤ ਜਲਦ ਨੂੰ ਲਾਂਚ ਕਰ ਰਹੇ ਹਾਂ ਅਤੇ ਤਿਆਰ ਹੋ ਚੁੱਕਿਆ ਪੂਰਾ 100 ਗਾਣਾ ਅਤੇ ਬਹੁਤ ਸੋਹਣੇ ਗੀਤ ਨੇ ਬਹੁਤ ਸੋਹਣੇ ਰੰਗ ਨੇ ਉਹਦੇ ਵਿੱਚ ਅਤੇ ਤੁਹਾਨੂੰ ਸਾਰਿਆਂ ਨੂੰ ਸੁਣਨ ਦਾ ਮਜ਼ਾ ਆਏਗਾ ਕੋਈ ਨਵੀਆਂ ਚੀਜ਼ਾਂ ਕੋਈ ਨਵੇਂ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਲੈ ਕੇ ਆਵਾਂਗੇ ਸੋ ਫਿਰ ਇੱਕ ਵਾਰ ਉਹਨਾਂ ਲੋਕਾਂ ਨੂੰ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਵੀਰ ਇੱਦਾਂ ਦੀਆਂ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਜਿੱਦਾਂ ਦੀਆਂ ਚੀਜ਼ਾਂ ਗਾਉਣੀਆਂ ਨੇ ਤਾਂ ਫਿਰ ਥੋੜ੍ਹਾ ਮੇਰਾ ਹਿੱਕ ਜ਼ੋਰ ਵੀ ਚਾਹੀਦਾ ਬੰਦੇ 'ਤੇ ਅਤੇ ਕਾਪੀ ਕੈਟ ਨਹੀਂ ਜ਼ਿਆਦਾ ਬਣੀਦਾ ਮੇਰਾ ਭਰਾ ਹੈ ਨਾ ਅਤੇ ਵਧੀਆ ਬੜਾ ਹੋਰ ਵੀ ਵਧੀਆ ਵੀਰ ਲਿਖਦੇ ਜੇ ਉਂਝ ਗੀਤ ਚਾਹੀਦੇ ਨੇ ਮੇਰਾ ਭਰਾ ਤਾਂ ਸਾਨੂੰ ਦੱਸ ਦਿਓ ਸਾਡੇ ਕੋਲ ਬਹੁਤ ਮੈਟਰ ਆ ਅਤੇ ਆਪਾਂ ਉਂਝ ਭਰਾਵਾਂ ਨੂੰ ਭਾਵੇਂ ਤੋਲ ਕੇ ਗੀਤ ਸਾਡੇ ਕੋਲ ਜਿੰਨੇ ਮਰਜ਼ੀ ਲੈ ਜਾਓ ਤੋਲ ਦੇ ਹਿਸਾਬ ਨਾਲ ਅਤੇ ਗੀਤ ਬਹੁਤ ਜ਼ਿਆਦਾ ਆ ਅਤੇ ਇੱਦਾਂ ਦੇ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਨਾਲ 15 ਸਾਲ ਪਹਿਲਾਂ ਸਟੇਜ ਦਾ ਲਾਈਵ ਗੀਤ ਗਾਇਆ ਵਿਖਾ ਦੂੰ ਮੈਂ ਇੱਕ ਵਿਆਹ 'ਤੇ ਜੇ ਤੁਸੀਂ ਵੇਖਣਾ ਚਾਹੋ ਮੈਂ ਤੁਹਾਨੂੰ ਵਿਖਾ ਦਾਂਗਾ ਗੀਤ 15 ਸਾਲ ਪਹਿਲਾਂ ਗਾਇਆ ਮੈਂ ਇਹ ਗੀਤ ਪਹਿਲਾਂ ਕੀਤੀ ਬਦਮਾਸ਼ੀ ਇਕੱਠ ਹੋ ਕੇ ਅਤੇ ਹੁਣ ਕੰਮ ਛੱਡੇ ਹੋਏ ਆ ਅਤੇ ਹੋਰ ਵੀ ਬੜਾ ਮੈਟਰ ਆ ਅਤੇ ਕੋਈ ਚੱਕਰ ਨਹੀਂ ਆ ਅਤੇ ਬਾਕੀ ਕਦੇ ਅਸੀਂ ਪਰਵਾਹ ਨਹੀਂ ਕੀਤੀ ਕਿਸੇ ਚੀਜ਼ ਦੀ ਵੀ ਅਤੇ ਲੋਕਾਂ ਲਈ ਗਾਇਆ ਆ ਅਤੇ ਲੋਕਾਂ ਲਈ ਗਾਉਂਦੇ ਰਹਾਂਗੇ ਅਤੇ ਹੁਣ ਥੋੜ੍ਹਾ ਜਿਹਾ ਆਪਣੇ ਢੰਗ ਨਾਲ ਜ਼ਰਾ ਗਾਵਾਂਗੇ ਦੱਸਾਂਗੇ ਕਿ ਭਾਈ ਕਿੱਦਾਂ ਫਿਰ ਗਾਈਦਾ ਆ ਕਿੱਦਾਂ ਦੀਆਂ ਚੀਜ਼ਾਂ ਕਰੀਦੀਆਂ ਹਰ ਚੀਜ਼ਾਂ ਗਾਈਦੀਆਂ ਨੇ ਆ ਜਿਹੜੇ ਕੁੱਤੇ ਕੁੱਤੇ ਕਈ ਭੌਂਕਦੇ ਆ ਅਤੇ ਕਦੀ ਪਰਵਾਹ ਨਹੀਂ ਕੀਤੀ ਸਾਂਝ ਜਾਟਿਆਂ ਅਸੀਂ ਅਤੇ ਸਾਡੇ ਦਾਦਿਆਂ ਪੜਦਾਦਿਆਂ ਸ਼ੁਰੂ ਤੋਂ ਸਰਦਾਰੀਆਂ ਰਹੀਆਂ ਨੇ ਜੋ ਪਾਕਿਸਤਾਨ ਨੂੰ ਆਏ ਆ 12 ਤੋਂ ਅਤੇ ਨਿੱਕੇ ਮੋਟੇ ਛਲਾਰੂਆਂ ਦੀ ਅਸੀਂ ਕਦੀ ਗੱਲਾਂ ਪਰਵਾਹ ਨਹੀਂ ਕੀਤੀ ਜਿਹੜੇ ਕਮੈਂਟ ਕਰਦੇ ਨੇ ਬਾਕੀ ਜੋ ਨਾ ਹੀ ਕਦੀ ਕਰਾਂਗੇ ਬਾਕੀ ਜ਼ੋਰ ਤੋਂ ਕੰਮ ਨਹੀਂ ਲਈਦਾ ਦਿਮਾਗ ਤੋਂ ਕੰਮ ਲਈਦਾ ਦਿਮਾਗ ਤੋਂ ਮਾਰੀਦਾ ਬੰਦੇ ਨੂੰ ਅਤੇ ਮੌਕਾ ਸਾਹਮਣੇ ਸੂਰਮੇ ਅਤੇ ਛੱਤਰ ਖਾਨ ਦਲੇਰ ਅਤੇ ਗੱਲ ਇੱਦਾਂ ਕਿ ਬਾਕੀ ਜਿਹੜੇ ਮੇਰੇ ਭਰਾ ਕਮੈਂਟ ਕਰਦੇ ਆ ਨਾ ਇਹਨਾਂ ਨੂੰ ਅਸੀਂ ਵੇਖਿਆ ਆ ਮੈਸੇਜ ਵੀ ਕਰੀਦੇ ਆ ਵਾਪਸ ਅਤੇ ਮੁੜ ਕੇ ਮਾਫੀਆਂ ਮੰਗ ਮੰਗ ਹੱਥ ਛੁੱਟਦੇ ਨੇ ਜਾਂ ਆਪਣੇ ਮਾਂ ਪਿਓ ਨੂੰ ਅੱਗੇ ਭੇਜਦੇ ਆ ਜਦੋਂ ਫਿਰ ਵਿਖਾਈਏ ਜਲਵੇ ਅਤੇ ਮੇਰਾ ਭਰਾ ਫੇਸਬੁੱਕ 'ਤੇ ਯੂਟਿਊਬ 'ਤੇ ਹਰ ਜਗ੍ਹਾ 'ਤੇ ਕੋਈ ਨਾ ਕੋਈ ਗੱਲਾਂ ਕਰ ਲੈਂਦਾ ਪਰ ਗੱਲ ਉਦੋਂ ਬਣਦੀ ਜਦੋਂ ਸਾਹਮਣੇ ਹੋਈ ਹੈ ਹੈ ਨਾ ਅਤੇ ਜਿਹੜੀਆਂ ਵੀ ਸਾਡੀਆਂ ਅੱਜ ਤੱਕ ਕੌਂਟਰਵਰਸੀਆਂ ਰਹੀਆਂ ਜਾਂ ਕੁਝ ਵੀ ਨੇ ਉਹ ਅਸੀਂ ਸਿਰਫ ਪੰਜਾਬ ਦੇ ਲੋਕਾਂ ਕਰਕੇ ਕੀਤੀਆਂ ਨੇ
ਚੰਗੀ ਗਾਇਕੀ ਕਰਕੇ ਕੀਤੀਆਂ ਨੇ। ਪਰ ਹੁਣ ਅਸੀਂ ਇਹ ਐਲਾਨ ਜ਼ਿਆਦਾ ਸਾਡਾ ਮੇਨ ਮਤਲਬ ਸੀ ਸਾਡੇ ਬਜ਼ੁਰਗਾਂ ਦਾ ਜਾਂ ਮੇਰਾ ਲਾਈਵ ਹੋਣ ਦਾ ਕਿ ਹੁਣ ਸਿਰਫ ਅਸੀਂ ਆਪਣੇ ਲਈ ਗਾਵਾਂਗੇ, ਕਿਉਂਕਿ ਅੱਜ ਕੱਲ੍ਹ ਕਲਾਕਾਰ ਆਪਣੀਆਂ ਗੱਲਾਂ ਗਾ ਗਾ ਕੇ ਬੜੇ ਮਸ਼ਹੂਰ ਹੁੰਦੇ ਨੇ। ਹੁਣ ਅਸੀਂ ਦੱਸਾਂਗੇ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਅਸੀਂ ਕੀ ਕੀਤਾ ਹੈ ਜਾਂ ਅਸੀਂ ਗਾਹ ਕੀ ਕਰਾਂਗੇ। ਸੋ ਇਸ ਕਰਕੇ ਬੇਨਤੀ ਆ ਕਿ ਮੂੰਹ 'ਚ ਜ਼ਬਾਨ ਰਹੇ ਅਤੇ ਚੰਗੀ ਰਹਿੰਦੀ ਆ, ਜੇ ਬਾਹਰ ਨਿਕਲੇ ਫਿਰ ਅਸੀਂ ਗੰਢ ਦੇ ਕੇ ਸਾਨੂੰ ਬੰਨਣੀ ਵੀ ਆਉਂਦੀ ਆ, ਅਤੇ ਜੋ ਜੋ ਜ ਸਾਹਮਣੇ ਆਉਂਦਾ ਜਾਊਗਾ ਉਹ ਤੋਂ ਤੋਂ ਨਿਬੇੜੇ ਹੁੰਦੇ ਜਾਣਗੇ। ਅਤੇ ਮੇਰਾ ਭਰਾ ਜਿਹੜੇ ਮੇਰੇ ਦਿਲੋਂ ਅਸਲੀ ਫੈਨ ਨੇ, ਜਿਹੜੇ ਸਾਡੇ ਸਾਨੂੰ ਪਰਿਵਾਰ ਨੂੰ ਜਾਂ ਸਾਨੂੰ ਰੰਧਾਵਿਆਂ ਨੂੰ ਪਿਆਰ ਕਰਦੇ ਨੇ ਜਾਂ ਵਧੀਆ ਗਾਇਕੀ ਨੂੰ ਪਿਆਰ ਕਰਦੇ ਨੇ, ਉਹਨਾਂ ਨੂੰ ਹਮੇਸ਼ਾ ਸਾਡੇ ਦਿਲਾਂ 'ਚ ਰਿਸਪੈਕਟ ਰਹੂਗੀ ਸਾਡੇ ਸਾਰਿਆਂ ਵੱਲੋਂ, ਅਤੇ ਹਮੇਸ਼ਾ ਸਾਡੀਆਂ ਅੱਖਾਂ 'ਤੇ ਰਹਿਣਗੇ, ਅਤੇ ਹਮੇਸ਼ਾ ਜਦੋਂ ਉਹਨਾਂ ਨੂੰ ਮਿਲਾਂਗੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਾਂਗੇ ਅਤੇ ਸਾਡੇ ਚਿਹਰੇ 'ਤੇ ਹਮੇਸ਼ਾ ਖੁਸ਼ੀ ਹੋਵੇਗੀ ਉਹਨਾਂ ਪਰਿਵਾਰਾਂ ਲਈ। ਬਾਕੀ ਜਿਹੜੇ ਸ਼ਲਾਰੂ ਨੇ ਜਿਹੜੇ ਹਰ ਜਗ੍ਹਾ ਦੇ ਉੱਤੇ ਤੁਰੇ ਫਿਰਦੇ, ਜਿਹਨਾਂ ਨੂੰ ਗੱਲ ਕਰਨ ਦੀ ਇਜਾਜ਼ ਨਹੀਂ ਆ, ਕਮੈਂਟਾਂ ਨੂੰ ਗੱਲ ਕਰਨ ਦਾ ਪਤਾ ਨਹੀਂ ਹੈ ਕੀ ਕਰ ਰਹੇ ਨੇ, ਉਹਨਾਂ ਬੰਦਿਆਂ ਨਾਲ ਸਾਡਾ ਕੋਈ ਲੈਕਾ ਦੇਕਾ ਨਹੀਂ ਆ। ਪਹਿਲਾਂ ਇੱਕ ਇੰਟਰਵਿਊ ਵਿੱਚ ਵੀ ਕਹਿ ਚੁੱਕਿਆ ਸਾਂ ਕਿ ਉਹ ਇਨਸਾਨ ਉਹ ਨੇ ਜਿਹੜੀਆਂ ਆਪਣੀਆਂ ਭੈਣਾਂ ਨੂੰ ਕਹਿੰਦੇ ਆ ਕਿ ਆਪਣੀ ਸਹੇਲੀ ਨਾਲ ਗੱਲ ਕਰਾ, ਮੇਰਾ ਉਹਨਾਂ ਇਨਸਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ, ਅਸੀਂ ਸਿਰਫ ਵਧੀਆ ਪੰਜਾਬੀਆਂ ਲਈ ਗਾਉਂਦੇ ਹਾਂ। ਅਤੇ ਨਾਲੇ ਜਦੋਂ ਅਸੀਂ ਤਿੰਨੇ ਸੱਭਿਆਚਾਰ ਗੀਤ ਗਾਏ ਹੁਣ ਤੱਕ ਸਾਡੇ ਖਾਨਦਾਨ ਦੇ ਵਿੱਚ ਜਿੰਨੇ ਵੀ ਤਿੰਨ ਚਾਰ ਗਾਇਕ ਆਏ, ਅਤੇ ਤੁਸੀਂ